ਟੱਲੇਵਾਲ ਅਧੀਨ ਪੈਂਦੇ ਪਿੰਡ ਬੀਲਾ ਨੇੜੇ ਇੱਟਾਂ ਦੇ ਪੱਠੇ ਦੇ ਟਰੈਕਟਰ ਟਰਾਲੀ ਹੇਠਾਂ ਆਉਣ ਨਾਲ ਸਕੂਟਰ ਸਵਾਰ ਭਰਾ ਭੈਣ ਦੀ ਮੌਤ ਹੋ ਗਈ ਅਤੇ ਦੋਨੋਂ ਜਾਣੇ ਗੰਭੀਰ ਜ਼ਖਮੀ ਹਨ। ਜਾਣਕਾਰੀ ਅਨੁਸਾਰ ਜਸਪਾਲ ਸਿੰਘ ਵਾਸੀ ਗੋਇੰਦਵਾਲ ਲੁਧਿਆਣਾ ਟੱਲੇਵਾਲ ਦੇ ਰਾਜ ਪੈਲੇਸ ਵਿਖੇ ਆਪਣੇ ਪਰਿਵਾਰ ਨਾਲ ਵਿਆਹ ਆਇਆ ਹੋਇਆ ਸੀ। ਅੱਜ ਜਦੋਂ ਦੇਰ ਸ਼ਾਮ ਉਹ ਵਿਆਹ ਤੋਂ ਵਾਪਸ ਆਪਣੀ ਪਤਨੀ ਆਪਣੇ ਬੇਟੇ ਬੇਟੀ ਅਤੇ ਭਾਣਜੀ ਨਾਲ ਸਕੂਟਰ 'ਤੇ ਸਵਾਰ ਹੋ ਕੇ ਪਿੰਡ ਗੈਲਾਂ ਵੱਲ ਨੂੰ ਜਾ ਰਿਹਾ ਸੀ। ਇਸੇ ਦੌਰਾਨ ਉਸ ਤੋਂ ਅੱਗੇ ਇੱਕ ਟੱਲੇਵਾਲ ਦੇ ਪੱਠੇ ਦੀ ਇੱਟਾਂ ਨਾਲ ਭਰੀ ਟਰੈਕਟਰ ਟਰਾਲੀ ਜਾ ਰਹੀ ਸੀ। ਪਿੰਡ ਬੀਲਾ ਤੋਂ ਥੋੜ੍ਹਾ ਜਿਹਾ ਅੱਗੇ ਜਾ ਕੇ ਜਦੋਂ ਸਕੂਟਰ ਚਾਲਕ ਇਸ ਟਰੈਕਟਰ ਟਰਾਲੀ ਨੂੰ ਕ੍ਰੋਸ ਕਰਨ ਲੱਗਿਆ ਤਾਂ ਸਕੂਟਰ ਸਲਿੱਪ ਕਰ ਗਿਆ, ਜਿਸ ਕਾਰਨ ਸਕੂਟਰ 'ਤੇ ਸਵਾਰ ਇੱਕ ਛੋਟਾ ਲੜਕਾ ਅਤੇ ਲੜਕੀ ਟਰਾਲੀ ਦੇ ਟਾਇਰ ਥੱਲੇ ਆ ਗਏ, ਜਿਸ ਕਰਕੇ ਉਹਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਸਕੂਟਰ ਸਵਾਰ ਜਸਪਾਲ ਸਿੰਘ ਅਤੇ ਉਸਦੀ ਘਰਵਾਲੀ ਗੁਰਮੀਤ ਕੌਰ ਦੇ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਘਟਨਾ ਉਪਰੰਤ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਬੱਚਿਆਂ ਵਿੱਚ ਹਰਸ਼ਦੀਪ ਸਿੰਘ ਸਪੁੱਤਰ ਜਸਪਾਲ ਸਿੰਘ 8 ਸਾਲ ਅਤੇ ਉਸਦੀ ਭੂਆ ਦੀ ਲੜਕੀ ਕੋਮਲਪ੍ਰੀਤ ਕੌਰ, ਪੁੱਤਰੀ ਬਲਵਿੰਦਰ ਸਿੰਘ ਵਾਸੀ ਰਾਮਗੜ੍ਹ ਸਿਵਿਆ ਸ਼ਾਮਿਲ ਹਨ। ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਇਸ ਜਗ੍ਹਾ 'ਤੇ ਦਰਖਤਾਂ ਕਾਰਨ ਪਹਿਲਾਂ ਵੀ ਕਈ ਸੜਕ ਹਾਦਸੇ ਹੋਣ ਕਾਰਨ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਵੀਰੇ, ਮੈਂ ਗੋਂਦਵਾਲ ਤੋਂ ਗੈਲੀ ਵਿਆਹ ਆਇਆ ਸੀਗਾ, ਉੱਥੇ ਆ ਕੇ ਪਤਾ ਨਹੀਂ ਕੀ ਕਹਾਣੀ ਬਣੀ ਆ, ਤਕਲੀਫ ਵੱਧ ਗਈ ਆ। ਕੌਣ ਕੌਣ ਆਇਆ ਸੀ? ਮੈਂ ਅਤੇ ਮੇਰੇ ਕਾਲ ਵਾਲੀ ਅਤੇ ਮੇਰਾ ਮੁੰਡਾ ਸਕੂਟਰ 'ਤੇ ਆਏ ਸੀ ਅਸੀਂ। ਐਕਸੀਡੈਂਟ ਕਦੇ ਨਾ ਹੋਇਆ? ਐਕਸੀਡੈਂਟ ਤਾਂ ਕੋਈ ਖਾਸ ਹੋਇਆ ਨਹੀਂ ਹੈਗਾ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜਸਪਾਲ ਸਿੰਘ, ਸਾਨਾ ਕੁਲਜੀਤ ਸਿੰਘ, ਪਿੰਡ ਗੋਂਦਵਾਲ। ਇਹਦੇ ਬਾਰੇ ਜੀ, ਜਿਹੜੇ ਦਰਖਤ ਨੇ ਜੀ ਨਹਿਰ ਦੇ ਨਾਲ, ਉਹ ਸੜਕ ਦੇ ਵਿੱਚ ਹਨ, ਉਹਨਾਂ ਦਾ ਕਰਕੇ ਐਕਸੀਡੈਂਟ ਬਹੁਤ ਜ਼ਿਆਦਾ, ਅੱਗੇ ਵੀ 5-7 ਐਕਸੀਡੈਂਟ ਹੋ ਚੁੱਕੇ ਨੇ ਜੀ। ਇੱਦੋਂ 1 ਮਹੀਨਾ ਤੋਂ 1.5 ਮਹੀਨਾ ਪਹਿਲਾਂ ਜੀ 2 ਜੀਆਂ ਦੀ ਪਹਿਲਾਂ ਦਰਖਤ ਡਿੱਗਣ ਕਾਰਨ ਮੌਤ ਹੋ ਗਈ। ਜੋ ਦਰਖਤ ਤੋਂ ਡਿੱਗਿਆ ਹੋਇਆ ਵੀ ਆ, ਉਹ ਵੀ ਮਹਿਕਮੇ ਨੇ ਕਿਸੇ ਚੱਕ ਕੇ ਪਾਸੇ ਨਹੀਂ ਕੀਤਾ, ਉਹ ਵੀ ਸੜਕ ਦੇ ਰੋਡ ਦੇ ਵਿੱਚ ਹੀ ਪਿਆ ਜੀ ਹੁਣ ਤੱਕ। ਅੱਜ 2 ਜਣਿਆਂ ਦੀ ਡੈਥ ਹੋ ਗਈ ਬੱਚਿਆਂ ਦੀ, 1 ਦੇ ਸੱਟਾਂ ਵੱਜ ਗਈਆਂ ਜ਼ਿਆਦਾ ਜੀ, ਕੁੜੀ ਦੇ ਸੱਟਾਂ ਘੱਟ ਨੇ ਜੀ। ਉਸ ਕਰਕੇ ਕੁੜੀ ਪ੍ਰਾਹੁਣਾ ਸਰਕਾਰੀ ਹਸਪਤਾਲ 'ਚ ਬਰਨਾਲੇ ਦਾਖਲ ਆ ਜੀ, ਪਰ ਦਰਖਤਾਂ ਕਾਰਨ ਜੋ ਕਿ ਨੁਕਸਾਨ ਹੁੰਦਾ ਉਹ ਦਰਖਤਾਂ ਕਾਰਨ ਹੀ ਹੁੰਦਾ। ਇੱਕ ਟਰਾਲੀ ਨਾਲ ਜੀ ਬੱਚੇ ਟਰਾਲੀ ਥੱਲੇ ਆ ਗਏ ਜੀ। ਹਾਂਜੀ, ਸਕੂਟਰ 'ਤੇ ਜਾਂਦੇ ਸਨ ਜੀ 4 ਜਣੇ, ਬੱਚੇ 2 ਟਰਾਲੀ ਦੇ ਥੱਲੇ ਆ ਗਏ ਜੀ, ਟਾਇਰ ਥੱਲੇ ਆ ਕੇ ਮੌਤ ਹੋ ਗਈ। ਇਹ ਟੱਲੇਵਾਲ ਪੈਲਸ ਤੋਂ ਆ ਰਹੇ ਸੀਗੇ ਜੀ, ਟਰਾਲੀ ਰਾਮਗੜ੍ਹ ਭੱਠੇ ਦੀ ਸੀਗੀ। ਉਸ ਦਾ ਕਾਨੂੰਨ ਮੁਤਾਬਕ ਦੋਸ਼ੀ ਬਣਦਾ, ਉਹਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਜੀ। ਦਰਖਤਾਂ ਦਾ ਜੋ ਦਰਖਤ ਨੇ ਸੜਕ ਦੇ ਵਿੱਚ ਨੇ ਉਹ ਪੱਟੇ ਜਾਣੇ ਚਾਹੀਦੇ ਜੀ। ਮਹਿਕਮੇ ਦੀ ਇਹ ਬਹੁਤ ਵੱਡੀ ਅਣਗਹਿਲੀ ਆ ਜੀ, ਸਾਡੇ ਗਹਿਣਾ ਗਹਿਣਾ ਦੀਆਂ ਜੀ 4-5 ਮੌਤਾਂ ਹੋ ਚੁੱਕੀਆਂ ਨੇ ਇਹ ਦਰਖਤਾਂ ਕਾਰਨ। ਪਹਿਲਾਂ ਇਹਨਾਂ ਦੇ ਬਾਰੇ, ਇਹਨਾਂ ਦੇ ਬਣਦੀ ਕਾਰਵਾਈ ਹੋਣੀ ਚਾਹੀਦੀ ਜੀ, ਦਰਖਤ ਮਹਿਕਮੇ 'ਤੇ ਵੀ ਹੋਣੀ ਚਾਹੀਦੀ ਜੀ, ਕਿਉਂਕਿ ਮਹਿਕਮੇ ਨੇ ਕੋਈ ਗੱਲ ਕਰਨ 'ਚ ਨਹੀਂ ਪਾਈ। ਗਹਿਣਾ ਪਿੰਡ ਦੇ ਪਹਿਲਾਂ ਕੁੜੀ ਦੇ ਪ੍ਰਾਹੁਣੇ ਦੀ ਮੌਤ ਹੋ ਗਈ ਜੀ, ਉਹ ਤੋਂ ਪਹਿਲਾਂ ਇੱਕ ਇਕੱਲਾ ਬੱਚਾ ਸੀ ਉਸ ਦੀ ਮੌਤ ਹੋ ਗਈ ਸੀਗੀ ਜੀ, ਹੁਣ 2 ਗਹਿਣਾ ਦੇ 2 ਨੇ ਜੀ, ਉਹਨਾਂ ਦੀ ਮੌਤ ਹੋ ਗਈ, ਪ੍ਰਾਹੁਣੇ ਦੇ ਸੱਟਾਂ ਵੱਜ ਗਈਆਂ ਜੀ ਬਹੁਤ ਜ਼ਿਆਦਾ। ਥਾਣਾ ਟੱਲੇਵਾਲ ਦੇ ASI ਹਰਬੰਸ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਖਮੀ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਹੈ ਅਤੇ 2 ਬੱਚਿਆਂ ਦੀ ਮੌਤ ਹੋਈ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਪਰ ਇਹ ਵੀ ਇਹ ਵਿਆਹ ਅਟੈਂਡ ਕਰਕੇ ਚੱਲੇ ਸੀਗੇ, 2 ਬੱਚੇ ਸੀ ਮਨ ਨਾਲ, ਮਾਂ ਪਿਓ ਸੀ ਇਹਨਾਂ ਦੇ। ਇਹਨਾਂ ਦਾ ਟਰਾਲੀ ਦੇ ਨਾਲ ਬੀਲੇ ਪਿੰਡ ਤੋਂ ਗਹਿਲਾਂ ਦੇ ਵਿਚਕਾਰ ਐਕਸੀਡੈਂਟ ਹੋ ਗਿਆ ਜੀ, ਉਹਦੇ ਵਿੱਚ ਇਹ ਬੱਚਿਆਂ ਦੀ ਦੋਵੇਂ ਡੈਥ ਹੋ ਗਈ ਅਤੇ ਇਹਨਾਂ ਦੇ ਮਾਂ ਪਿਓ ਦੇ ਸੱਟਾਂ ਲੱਗ ਗਈ। ਉਹ ਜੇਰੇ ਇਲਾਜ ਹਸਪਤਾਲ ਦਾਖਲ ਕਰਾ ਦਿੱਤੇ ਨੇ ਬਰਨਾਲੇ ਦੇ ਵਿੱਚ, ਅਤੇ ਇਹ ਬੱਚੇ ਦੋਵੇਂ ਇਹ ਡੈੱਡ ਬੋਡੀਆਂ ਆਪਾਂ ਇੱਥੇ ਲਿਆ ਕੇ ਬਰਨਾਲੇ ਆਪਾਂ ਜਿਹੜਾ ਹੈਗਾ ਮੁੱਧ ਘਾਟ ਦੇ ਵਿੱਚ ਜਿਵੇਂ ਕਹਿ ਦਿੰਦੇ ਆਪਾਂ ਦਾਖਲ ਕਰ ਦਿੰਦੇ। ਇਹ ਹੈ ਜਿਹੜਾ ਮਾਮਲਾ ਹੈ ਵੀ ਐਕਸੀਡੈਂਟ ਦਾ, ਇਹਦੀ ਡੂੰਘਾਈ ਨਾਲ ਜਾਂਚ ਕੀਤੀ ਰਹੀ, ਜੋ ਵੀ ਹੋਊਗਾ ਉਹਦੇ 'ਤੇ ਬਣਦੀ ਕਾਰਵਾਈ ਕੀਤੀ ਜਾਊਗੀ। C1 ਨਿਊਜ਼ ਲਈ ਤਪਾ ਮੰਡੀ ਤੋਂ ਰਿਪੋਰਟਰ ਧਰਮਿੰਦਰ ਸਿੰਘ ਧਾਲੀਵਾਲ ਦੀ ਰਿਪੋਰਟ।
DCA Productions Ludhiana, the professional wedding photographer. Contact for wedding photography, pre-wedding photography, modeling photography, birthday photography, shoot with drone, live wedding on YouTube. DCA Productions Ludhiana, the professional wedding photographer.